ਜਸਵੀਰ ਸਿੰਘ ਬਹੁਤ ਹੀ ਅੱਛਾ ਲੜਕਾ, ਹੋਣਹਾਰ ਔਰ ਬਹੁਤ ਹੀ ਫਿਜ਼ੀਕਲ ਫਿਟਨੈਸ ਲੜਕਾ ਥਾ। ਔਰ ਜਸਵੀਰ ਸਿੰਘ ਕੁਛ ਦਿਨ ਪਹਿਲੇ ਛੁੱਟੀ ਕਾਟ ਕੇ ਗਿਆ ਥਾ, ਕਿਸੇ ਵੀ ਪ੍ਰਕਾਰ ਕੀ ਉਨਕੋ ਕੋਈ ਵੀ ਟੈਨਸ਼ਨ ਨਹੀਂ ਥੀ। ਔਰ ਜਸਵੀਰ ਡਿਊਟੀ ਪੇ ਥਾ, ਡਿਊਟੀ ਕੇ ਦੌਰਾਨ ਹੀ ਜਸਵੀਰ ਕੇ ਸਾਥ ਯੇ ਹਾਦਸਾ ਹੁਆ। ਔਰ ਇਸ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਵੀ ਚੀਜ਼ ਸਾਹਮਣੇ ਆਏਗੀ ਉਸਕੇ ਬਾਰੇ ਮੈਂ ਬਤਾਇਆ ਜਾਏਗਾ। ਔਰ ਜਸਵੀਰ ਸਿੰਘ ਕੋ ਪੂਰਾ ਪੂਰਾ ਉਨਕਾ ਬੈਨੀਫਿਟ ਦਿਆ ਜਾਏਗਾ। ਤੋ ਜ਼ਿਆਦਾਤਰ ਬਹੁਤ ਸਾਰੀ ਚੌਂਕੀਆਂ ਹਮਾਰੀ ਯੂਨਿਟ ਕੀ ਐਲ ਸੀ ਕੇ ਉੱਪਰ ਪਲਟਣ ਹੋਣੇ ਕੇ ਕਾਰਨ ਬਹੁਤ ਦੂਰ ਦੂਰ ਤੱਕ ਪਲਟਣ ਫੈਲੀ ਹੋਈ ਹੈ, ਛੋਟੀ ਛੋਟੀ ਟੁਕੜੀਆਂ ਕੋਈ ਵਿੱਚ ਮੇਂ 15-15, 20-20, 10-10, ਜੈਸੇ ਜੈਸੇ ਸਿਚੁਏਸ਼ਨ ਕੇ ਹਿਸਾਬ ਸੇ ਫੌਜ ਆਪਣੀ ਡਿਪਲਾਈ ਹੋੜ ਕੇ ਚੌਂਕੀਆਂ ਕੇ ਉੱਪਰ ਪੋਸਟੋਂ ਉੱਪਰ ਬੈਠੀ ਹੈ। ਜਸਵੀਰ ਸਿੰਘ ਅਲੱਗ ਪੋਸਟ ਪੇ ਥਾ, ਮੈਂ ਅਲੱਗ ਪੋਸਟ ਪੇ ਥਾ, ਔਰ ਜਿਸ ਟਾਈਮ ਜਸਵੀਰ ਸਿੰਘ ਦਾ ਹਾਦਸਾ ਹੋਇਆ ਮੈਂ ਕਹੀਂ ਔਰ ਦੂਰ ਕਹੀਂ ਪੋਸਟ ਪੇ ਥਾ, ਜਾਂ ਮੇਰੇ ਕੋਲ ਪਤਾ ਚਲਾ ਤੋ ਮੇਰੇ ਕੋਲ ਉਸੇ ਡੀ ਇੰਡਕਟ ਕੀਆ ਗਿਆ। ਡੀ ਇੰਡਕਟ ਕਰਨੇ ਕੇ ਬਾਅਦ ਜਬ ਇਤਨਾ ਲੰਬਾ ਰਸਤਾ ਹੋਣੇ ਕੇ ਕਹੀਂ ਪੈਦਲ ਰਸਤਾ ਕਮੀ ਕੁਛ ਵੀ ਕਰਕੇ ਮੈਂ ਜਬ ਜਸਵੀਰ ਸਿੰਘ ਕੇ ਪਾਸ ਪਹੁੰਚਾ, ਤੋ ਤਬ ਤੱਕ ਜਸਵੀਰ ਸਿੰਘ ਕੀ ਡੈੱਡ ਬੋਡੀ ਕੋ ਐਂਬੂਲੈਂਸ ਮੇਂ ਰੱਖਾ ਗਿਆ ਥਾ, ਔਰ ਮੇਰੇ ਹੈਂਡ ਓਵਰ ਕਰਕੇ ਮੇਂਡਰ ਕੀ ਤਰਫ ਪੋਸਟਮਾਰਟਮ ਕੇ ਲਈ ਭੇਜ ਦਿਆ ਗਿਆ। ਔਰ ਜ਼ਿਆਦਾ ਨਾ ਬਤਾਤਾ ਹੋਇਆ ਜਸਵੀਰ ਬਹੁਤ ਹੀ ਅੱਛਾ ਲੜਕਾ ਹੈ, ਔਰ ਮੈਂ ਉਸਕੇ ਉੱਪਰ ਗਰਵ ਮਹਿਸੂਸ ਕਰਦਾ ਹੂੰ। ਕੋ ਜਿਤਨਾ ਉਨਕਾ ਬਣਤਾ ਹੋਗਾ ਪੂਰਾ ਦਿਆ ਜਾਏਗਾ, ਔਰ ਪਲਟਨ ਦੇ ਅਧਿਕਾਰੀ ਹੈ ਜੋ ਇਸਕਾ ਇਨਵੈਸਟੀਗੇਸ਼ਨ ਕਰ ਰਹੇ ਹੈ, ਇਸਕੀ ਪੂਰੀ ਡਾਕੂਮੈਂਟ ਕਾਰਵਾਈ ਕਰਕੇ ਉਨਕੋ ਜ਼ਿਆਦਾ ਜ਼ਿਆਦਾ ਜਿਤਨਾ ਵੀ ਉਨਕਾ ਜਾਇਆ ਜਾਂਦੀ ਹੈ। ਐਡੀ ਦੁਖਦਾਈ ਕਰਨਾ ਵੀ ਜਿਹੜਾ ਵੀ ਸੁਣਦਾ, ਇਹ ਇਕਲੌਤਾ ਬੇਟਾ ਸੀਗਾ, ਦੇਖੋ ਜੀ ਸਾਰੇ ਸਾਰੀ ਕਮਾਈ, ਜਾਣੀ ਕਿ ਮੈਂ ਕਹਿੰਦਾ ਫੌਜੀ ਦਾ ਇੱਕ ਉਹੋ ਜਿਹਾ ਪਵਿੱਤਰ ਜੀਵਨ ਹੁੰਦਾ, ਆਪਣੀ ਜ਼ਿੰਦਗੀ ਜਿਹੜੇ ਅਸਲੀ ਪਲ ਹੁੰਦੇ ਨੇ ਜੇ ਜਵਾਨੀ ਵਾਲੇ ਪਲ ਹੁੰਦੇ ਆ, ਉਹ ਸਾਰੇ ਦੇਸ਼ ਲਈ ਵਾਰ ਦਿੰਦਾ। ਅਤੇ ਜਦੋਂ ਉਹੋ ਜਿਹੀ ਖਬਰ ਮਿਲਦੀ ਜੀ, ਉਹ ਸਾਰੇ ਇਲਾਕੇ 'ਚ ਕੀ ਸਾਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਇਹ ਬੜੀ ਵੱਡੀ ਘਟਨਾ ਵਾਪਰੀ ਹੈ, ਬੜਾ ਦੁੱਖ ਹੈ ਜੀ ਕਿ ਜੋ ਵੀ ਜੀ ਹੈਗੀ ਆ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਹੈਗੀ ਆ, ਜਾਂ ਜੋ ਵੀ ਇਹਨਾਂ ਫੌਜ ਦੇ ਵੱਲੋਂ ਲਿਖ ਕੇ ਆਊਗਾ, ਆਪਣੇ ਸਰਕਾਰ ਦਾ ਪਹਿਲ ਆਧਾਰ 'ਤੇ ਕਰ ਦਿੰਦੀ, ਇਹ ਤਾਂ ਕੋਈ ਹੈ ਹੀ ਨਹੀਂ ਜੀ। ਇਹ ਤਾਂ ਮਾਨ ਸਾਹਿਬ ਦੇ ਧਿਆਨ 'ਚ ਲਿਆ ਜਾਂਗੇ ਜੀ ਪਹਿਲ ਆਧਾਰ 'ਤੇ। ਬਹੁਤ ਹੀ ਦਰਦਨਾਕ ਘਟਨਾ ਹੋਈ ਹੈ ਜਿਹੜੀ, ਜਿਹਨੇ ਪੂਰੇ ਇਲਾਕੇ ਦੇ ਵਿੱਚ ਆਪਣੇ ਵਿੱਚ ਛੋਕ ਦੀ ਲਹਿਰ ਫੈਲਾ ਰੱਖੀ ਆ, ਅਤੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਵੀ ਬਣਦੀ ਸਹਾਇਤਾ ਇਹਨਾਂ ਦੀ ਨਿਯਮਾਂ ਅਧੀਨ ਉਹ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ, ਹੋਰ ਵੀ ਜੋ ਕਾਗਜ਼ੀ ਕਾਰਵਾਈ ਆ ਉਸ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਕਰਾਂਗੇ।